ਹਾਂਜੀ ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸੁਖਬੀਰ ਕੌਰ ਹੈ ਜੀ। ਸੁਖਬੀਰ ਜੀ, ਇੱਥੇ ਜਿਹੜਾ ਲੜਕਾ ਰਹਿੰਦਾ ਸੀਗਾ, ਹਾਂਜੀ ਸਰ, ਉਹ ਕੀ ਕਰਦਾ ਸੀ, ਉਹਦਾ ਕੀ ਕਾਰੋਬਾਰ ਸੀਗਾ ਤੇ ਇਹ ਕਿਸ ਤਰ੍ਹਾਂ ਦਾ? ਉਹ ਦਵਾਈਆਂ ਦਾ ਕੰਮ ਸੀਗਾ, ਦਵਾਈਆਂ ਦੀ ਦੁਕਾਨ ਤੇ ਸੀਗਾ, ਸੇਲ ਕਰਦੇ ਸੀਗੇ। ਵਧੀਆ ਸੀਗੇ ਜੀ, ਬੰਦੇ ਬਹੁਤ ਚੰਗੇ ਸੀਗੇ। ਤੁਹਾਨੂੰ ਕਿਵੇਂ, ਕਦੋਂ ਪਤਾ ਲੱਗਿਆ ਇਸ ਗੱਲ ਦਾ? ਸਾਨੂੰ ਸਵੇਰੇ ਲੱਗਿਆ ਜੀ, 3:15 ਵਜੇ। ਉਹ ਅੰਕਲ ਜੀ ਬਾਹਰ ਪਏ ਸੀਗੇ, ਬਰਾਂਡੇ 'ਚ ਬੈਠਣ ਲੱਗਿਆ, ਉੱਥੇ ਪਏ ਸੀਗੇ। 3:15 ਵਜੇ ਜਦੋਂ ਰੌਲਾ ਪਾਇਆ, ਗੇਟ ਖੜਕਾਏ ਉਹਨਾਂ ਨੇ, ਅਸੀਂ ਵੀ ਜਲਦੀ ਜਲਦੀ ਉੱਠ ਕੇ ਭੱਜੇ ਉਵੇਂ ਹੀ ਨੀਂਦ ਦੇ ਵਿੱਚ। ਜਦੋਂ ਅਸੀਂ ਅੱਗੇ ਗਏ ਤਾਂ ਅੱਗੇ ਧੂੰਆਂ ਰੋਸ ਸੀਗਾ, ਮਿੱਟੀ ਉੱਡ ਉੱਡ ਕੇ, ਬੁਰਾ ਹਾਲ, ਕੁਛ ਦੱਸ ਨਹੀਂ ਰਿਹਾ ਸੀਗਾ। ਫਿਰ ਅੱਗੇ ਗਏ ਸੀ, ਅੱਗੇ ਕੀ ਹੋ ਗਿਆ ਸੀ, ਤਾਂ ਮੈਂ ਤਾਂ ਘਬਰਾ ਗਈ। ਮੈਂ ਕਿਤੇ ਵੀ ਅੱਗ ਲੱਗ ਗਈ ਅੰਦਰ, ਮੈਂ ਕਿਹਾ ਵੀ ਅੰਕਲ ਕੀ ਹੋਇਆ, ਕੀ ਹੋ ਗਿਆ, ਅੱਗ ਲਾਈ ਬੈਠੇ ਤੁਸੀਂ, ਕੀ ਗੱਲ ਆ? ਕਹਿੰਦਾ ਨਹੀਂ ਪੁੱਤੇ, ਕਹਿੰਦਾ ਛੱਤ ਡਿੱਗ ਪਈ ਆ। ਮੈਂ ਕਿਹਾ ਕਮਲ ਹੋਣੀ ਕਿੱਥੇ ਆ? ਕਹਿੰਦਾ ਉਹ ਥੱਲੇ ਆ ਗਏ। ਸਾਨੂੰ ਕੁਛ ਨਹੀਂ ਸੁੱਜਿਆ ਜੀ, ਅਸੀਂ ਇੰਨੀ ਮਿੱਟੀ ਚੱਕ ਨਹੀਂ ਸਕਦੇ ਸੀ ਉੱਤੋਂ ਇਕੱਲੇ ਜਾਣੇ। ਮੈਂ ਤਾਂ ਫਿਰ ਸਾਰੇ ਰੌਲਾ ਪਾ ਤਾ ਮਹੱਲੇ ਦੇ ਵਿੱਚ, ਭੱਜ ਗਈ, ਸਾਰਿਆਂ ਦੇ ਗੇਟ ਖੜਕਾਏ ਜੀ, ਜਲਦੀ ਆ ਜਾਓ, ਛੇਤੀ ਆ ਜਾਓ, ਕੱਢ ਲਓ, ਥੱਲੇ ਆ ਗਏ ਆ, ਥੱਲੇ ਆ ਕੇ ਜਿੰਨਾ ਹੋ ਸਕਿਆ ਸੀਗਾ ਜਲਦੀ ਐਂਬੂਲੈਂਸ ਨੂੰ ਫੋਨ ਕੀਤਾ, ਕੋਈ ਐਂਬੂਲੈਂਸ ਵਾਲਾ ਨਹੀਂ ਇੱਥੇ ਪਹੁੰਚਿਆ ਜੀ, ਕੋਈ ਨਹੀਂ। ਜੇ ਮਤਲਬ 112 'ਤੇ ਫੋਨ ਕੀਤਾ, ਕਾਲ ਕੀਤੀ ਸੀ, ਉਹਨਾਂ ਨੇ ਵੀ ਕੋਈ ਨਹੀਂ, ਮਤਲਬ ਆ ਰਹੇ ਅਸੀਂ ਟੀਮ ਭੇਜਦੇ ਹਾਂ, ਕੋਈ ਨਹੀਂ ਪਹੁੰਚਿਆ ਜੀ। ਕਿੰਨੇ ਟਾਈਮ ਬਾਅਦ ਪਹੁੰਚੇ ਉਹ? ਕੋਈ ਵੀ ਨਹੀਂ ਪਹੁੰਚਿਆ ਜੀ, ਹਜੇ ਤੱਕ ਨਹੀਂ ਪਹੁੰਚੇ ਸੀ, ਆਪਣੀਆਂ ਗੱਡੀਆਂ 'ਤੇ ਲੈ ਕੇ ਗਏ ਸੀ। ਇਹਦੇ ਵਿੱਚ ਇੱਕ ਗਰਭਵਤੀ ਔਰਤ ਵੀ ਹੈ? ਹਾਂਜੀ, ਉਹੀ ਕਮਲਜੀਤ ਹੈ ਜੀ। ਹਾਂਜੀ, ਕਮਲਜੀਤ ਗਰਭਵਤੀ ਹੈ ਜੀ, ਉਹ 7 ਮਹੀਨਿਆਂ ਤੋਂ ਸੀ ਜੀ। ਐਂਬੂਲੈਂਸ ਕਿਹੜੀ ਨੂੰ ਫੋਨ ਕੀਤਾ ਸੀ? ਪ੍ਰਾਈਵੇਟ ਦੀ ਐਂਬੂਲੈਂਸ 108 ਤੇ ਲਾਏ ਸੀਗੇ ਜੀ। ਹਾਂਜੀ, ਫੋਨ ਪਹਿਲਾਂ ਜਿਵੇਂ ਜਿੰਨਾ ਕੁ ਸਾਨੂੰ ਸੁੱਜਿਆ ਸਵੇਰੇ ਸਵੇਰੇ ਵੀ ਜੀ, ਦਿਮਾਗ 'ਚ ਆਈ ਗੱਲ ਉਹਨੀ ਕਿਸੀ ਕੀਤੀ, ਪਰ ਕੋਈ ਨਹੀਂ ਪਹੁੰਚਿਆ ਜੀ। ਉਠਾ ਲਿਆ ਸੀ ਉਹਨਾਂ ਨੇ, ਕਹਿਤਾ ਸੀ ਵੀ ਆ ਰਹੇ ਆ? ਹਾਂਜੀ, ਕਹਿਤਾ ਸੀ, ਫੋਨ ਚੱਕਿਆ, ਕਾਲ ਲੈਣ ਤੇ ਰਹੋ, ਕਹਿੰਦੇ ਅਸੀਂ ਪੁੱਛੀ ਜਾਂਦੇ, ਗੱਲ ਕਰੀ ਜਾਂਦੇ ਹਾਂ, ਪਰ ਨਹੀਂ, ਅੱਗੋਂ ਕੋਈ ਜਵਾਬ ਨਹੀਂ ਮਿਲਿਆ ਜੀ ਸਾਨੂੰ। ਥੈਂਕ ਯੂ।